ਵੀਰਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਸਭ ਤੋਂ ਵੱਧ ਧੰਨਵਾਦ ਕਰਦਾ ਮੈਂ ਟੂਰਨਾਮੈਂਟ ਕਮੇਟੀ ਦਾ, ਜਿਨ੍ਹਾਂ ਨੇ ਸਾਨੂੰ ਪੁਰਾਣੇ ਖਿਡਾਰੀਆਂ ਨੂੰ ਨਵੇਂ ਖਿਡਾਰੀਆਂ ਦੇ ਰੂਬਰੂ ਕੀਤਾ। ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਇੱਕ ਤਾੜੀ ਮਾਰ ਦਿਓ ਟੂਰਨਾਮੈਂਟ ਕਮੇਟੀ ਦੇ ਨਾਂ 'ਤੇ। ਮੈਂ ਟੂਰਨਾਮੈਂਟ ਕਮੇਟੀਆਂ ਨੂੰ ਕਹਿਣਾ ਚਾਹੁੰਦਾ ਵੀ ਜਿੰਨੇ ਪੁਰਾਣੇ ਖਿਡਾਰੀ ਹੋਏ ਆ, ਜਿਹੜੇ ਮੰਨ ਲਓ 2000 ਤੋਂ ਬਾਅਦ ਜਿਨ੍ਹਾਂ ਦਾ ਜਨਮ ਹੋਇਆ, 95 ਤੋਂ ਬਾਅਦ ਜਨਮ ਹੋਇਆ, ਉਹਨਾਂ ਨੂੰ ਕੀ ਪਤਾ ਵੀ ਪੁਰਾਣੇ ਖਿਡਾਰੀ ਕੀ ਖੇਡੀਆਂ ਨੇ, ਕੀ ਇਹਨਾਂ ਨੇ ਮੱਲਾਂ ਮਾਰੀਆਂ ਨੇ। ਪਰ ਇਹਨਾਂ ਨੂੰ ਪੁਰਾਣੇ ਖਿਡਾਰੀਆਂ ਨੂੰ ਬੁਲਾ ਕੇ ਬਿਲਕੁਲ ਜੇ ਮਾਣ ਸਨਮਾਨ ਦੀ ਕੋਈ ਟਰੋਫੀ ਦਾ ਉਹ ਨਹੀਂ ਹੁੰਦਾ, ਸਿਰਫ ਬੁਲਾ ਕੇ ਗਰਾਊਂਡ ਦੇ ਵਿੱਚ ਜਾਣ ਪਛਾਣ ਜ਼ਰੂਰ ਕਰਾਈ ਜਾਵੇ ਵੀ ਇਹ ਸਾਡੇ ਇਲਾਕੇ ਦਾ, ਸਾਡੇ ਜ਼ਿਲ੍ਹੇ ਦਾ ਮਾਣ ਆ। ਇਸ ਨਾਲ ਪੁਰਾਣੇ ਖਿਡਾਰੀਆਂ ਦਾ ਮਾਣ ਵੀ ਵੱਧਦਾ, ਨਵੇਂ ਖਿਡਾਰੀਆਂ ਨੂੰ ਖੇਡਣ ਦਾ ਮੌਕਾ ਵੀ ਮਿਲਦਾ। ਠੀਕ ਹੈ ਨਾ, ਜਿਨ੍ਹਾਂ ਦਾ ਹੁਣ 95 ਤੋਂ ਬਾਅਦ ਮੰਨ ਲਓ ਜਨਮ ਹੋਇਆ, ਉਹਨਾਂ ਉਹ ਸਾਨੂੰ ਕੀ ਜਾਣਦੇ ਆ, ਜਾਂ ਜਿਹੜੇ ਸਾਡੇ ਨਾਲ ਖੇਡੇ ਆ ਉਹ ਸਾਡੇ ਬਾਰੇ ਕੀ ਜਾਣਦੇ ਆ, ਉਹ ਤਾਂ ਦੇਖ ਕੇ ਕਹਿ ਦੇਣਗੇ ਯਾਰ ਉਈ ਹੋਣਗੇ, ਚਲੋ ਯਾਰ ਛੱਡੋ। ਅਸੀਂ ਉਹ ਦੱਸਣਾ ਚਾਹੁੰਦੇ ਹੈਗੇ, ਅਸੀਂ ਉਹ ਟੂਰਨਾਮੈਂਟ ਖੇਡੇ ਆ, ਆਉਣ ਵਾਲੀ ਪੀੜ੍ਹੀ ਨੂੰ ਦੱਸਣਾ ਚਾਹੁੰਦੇ ਹਾਂ ਬਿਨਾਂ ਮੈਡੀ ਫੰਡ ਤੋਂ ਖੇਡੇ ਆ, ਗਰਾਊਂਡ 'ਚ ਖੜੇ ਹਾਂ ਜੇ ਅੱਜ ਤੱਕ ਕੋਈ ਟੀਕਾ ਲਾ ਕੇ ਖੇਡੇ ਹੋਈਏ। ਸਾਨੂੰ ਪਤਾ ਵੀ ਨਹੀਂ ਸੀਗਾ ਵੀ ਟੀਕਾ ਕੀ ਚੀਜ਼ ਹੁੰਦੀ ਹੈ, ਕੀ ਮੈਡੀਸਨ ਹੁੰਦਾ। ਚਰਨਜੀਤ ਖੜਾ ਜਿਨ੍ਹਾਂ ਦੇ ਡੈਡੀ ਦੇ ਨਾਂ 'ਤੇ ਟੂਰਨਾਮੈਂਟ ਹੁੰਦੇ ਆ, ਜਾਂ ਜਿਹੜੇ 40 ਸਾਲ ਜਾਂ 50 ਸਾਲ ਵਾਲੇ ਖੜੇ ਆ, ਉਹਨਾਂ ਨੂੰ ਪਤਾ ਹੈਗਾ ਵੀ ਟੂਰਨਾਮੈਂਟ ਕੀ ਚੀਜ਼ ਖੇਡਦੀ ਸੀ, ਕਬੱਡੀ ਇੱਥੇ ਕੀ ਹੁੰਦਾ ਸੀ। ਅੱਜ ਕੱਲ੍ਹ 5-5 ਰੇਡਾਂ ਦਿੰਦੇ, ਨਾ ਤਾਂ ਤਕੜੇ ਦਾ ਪਤਾ ਲੱਗਦਾ ਨਾ ਮਾੜੇ ਦਾ ਪਤਾ ਲੱਗਦਾ। 20-5-20 ਟਾਈਮ ਹੁੰਦਾ ਸੀਗਾ ਸਾਨੂੰ ਪਤਾ, ਜਿਵੇਂ ਅਸੀਂ ਭੀਖੀ ਦੇ ਗਰਾਊਂਡ ਦੇ ਵਿੱਚ ਸਵੇਰੇ 9 ਵਜੇ ਕੱਪੜੇ ਲਾ ਦਿੰਦੇ ਸੀਗੇ ਅਤੇ ਸ਼ਾਮ ਨੂੰ 8 ਵਜੇ ਕੱਪੜੇ ਪਾਉਂਦੇ ਸੀਗੇ। ਸਵੇਰੇ 9 ਵਜੇ ਕੱਪੜੇ ਲਾਏ ਹੋਏ, 8 ਵਜੇ ਕੱਪੜੇ ਪਾਉਂਦੇ ਸੀਗੇ। ਮੈਂ ਸਾਰੀਆਂ ਕਮੇਟੀਆਂ ਨੂੰ, ਟੂਰਨਾਮੈਂਟ ਕਮੇਟੀਆਂ ਨੂੰ ਦੁਬਾਰੇ ਫਿਰ ਬੇਨਤੀ ਕਰਨਾ ਚਾਹੁੰਦਾ ਵੀ ਭਰਾ ਬਣ ਕੇ ਪੁਰਾਣੇ ਖਿਡਾਰੀਆਂ ਦਾ ਜਾਣ ਪਛਾਣ ਜ਼ਰੂਰ ਕਰਾ ਲਿਆ ਕਰੋ, ਇਹਦੇ ਨਾਲ ਪੁਰਾਣੇ ਖਿਡਾਰੀ ਗਰਾਊਂਡ ਨਾਲ ਜੁੜੇ ਰਹਿਣਗੇ। ਮੈਂ ਬਿਲਕੁਲ ਗਰਾਊਂਡ ਛੱਡ ਗਿਆ ਸੀ ਬਾਈ ਜੀ, ਮੈਂ ਅੱਜ ਪਹਿਲੇ ਦਿਨ ਆਇਆ ਜੋ ਕਬੱਡੀ ਛੱਡ ਗਿਆ, ਮੇਰਾ ਮਾਣ ਹੀ ਨਹੀਂ ਹੋਇਆ ਵੀ ਯਾਰ ਛੱਡ ਯਾਰ ਕੀ ਕਰਾਂਗੇ ਕਬੱਡੀ ਨੂੰ ਲੈ ਕੇ, ਯਾਰ ਯਾਰ ਇਲਾਕੇ ਨੇ ਮਾਣ ਹੀ ਨਹੀਂ ਦਿੱਤਾ, ਕੀ ਇਲਾਕੇ ਲਈ ਖੇਡ ਕੇ ਕੀਤਾ, ਕੀ ਜ਼ਿਲ੍ਹੇ ਲਈ। ਪਰ ਅੱਜ ਇੰਨਾ ਮਨੋਂ ਖੁਸ਼ ਹੈ ਪੂਰਾ ਵੀ ਯਾਰ ਟੂਰਨਾਮੈਂਟ ਕਮੇਟੀ ਨੇ ਮਾਣ ਵਧਾਇਆ, ਸਾਡਾ ਵੀ ਕੀ ਕਰਿਆ ਵੀ ਹੁਣ ਅਸੀਂ ਗਰਾਊਂਡਾਂ ਨਾਲ ਟੱਚ ਹੋਵਾਂਗੇ। ਧੰਨਵਾਦ ਬਾਈ ਖਾਲਸਾ ਬਾਈ ਫਤਿਹ। ਤਾੜੀਆਂ ਮਾਰ ਦਿਓ ਭਰਾ ਦੇ ਲਈ, ਐਨ ਗੱਲਾਂ ਤੇ ਟਿਕਾਣੇ ਦੀਆਂ ਕਰ ਦਿੱਤੀਆਂ ਜੀਤੀ ਭਰਾ ਨੇ ਸਾਡੇ ਦੇ, ਐਨ ਚੋਟੀ ਦਾ ਮਾਲਾ ਕਹਿੰਦੇ ਆਪਣੇ ਸਮੇਂ ਦਾ ਇਸ ਇਲਾਕੇ ਦਾ ਮਹਾਨ ਕਬੱਡੀ ਖਿਡਾਰੀ। ਬਿਲਕੁਲ ਜੀ ਜੀਤੀ ਬਾਈ, ਜੇ ਉਹ ਸਮਾਂ ਮੋਟਰਸਾਈਕਲਾਂ ਦਾ ਹੁੰਦਾ ਤੇ 100 ਤੋਂ ਪਲੱਸ ਜਿੱਤਣੇ ਸੀ ਜੱਟ ਨੇ ਮੋਟਰਸਾਈਕਲ, ਪਰ ਸਮਾਂ ਸਮਾਂ ਸਮਰੱਥ ਹੈ ਮਹਾਂਪੁਰਸ਼ੋ, ਸਮਾਂ ਸਮਾਂ ਸਮਰੱਥ ਹੁੰਦਾ ਹੈ, ਜੋ ਕੁਝ ਵਾਹਿਗੁਰੂ ਕਰਦਾ ਉਹ ਚੰਗਾ ਹੀ ਕਰਦਾ ਹੈ। ਉਦੋਂ ਹਾਂਜੀ ਚਰਨਜੀਤ ਸਿੰਘ ਜੀ ਦੱਸ ਰਹੇ ਨੇ ਵੀ ਇੱਕ ਟਰਾਲੀ ਮਿੱਟੀ ਦੀ ਕੋਠੇ ਦੇ ਕਹੀ ਨਾਲ ਸੁੱਟ ਦਿੰਦਾ ਸੀ ਗੀਤੀ ਹੋਟਲੇ ਵਾਲਾ, ਬੜੀ ਜਾਨ ਸੀਗੀ ਇਸ ਨੌਜਵਾਨ ਦੇ ਵਿੱਚ ਜਦੋਂ ਖੇਡਦਾ ਸੀਗਾ, ਉਦੋਂ ਵੇਖਿਆ ਵੀ ਮੈਂ ਤੇ ਖੇਡਦਾ ਵੇਖਿਆ, ਤੁਸੀਂ ਨੇ ਸ਼ਾਇਦ ਨਾ ਵੇਖਿਆ ਹੋਵੇ ਵੀ ਬੜਾ ਜਾਨਦਾਰ ਰੇਡਰ ਸੀਗਾ ਹੋਟਲੇ ਵਾਲਾ ਗੀਤੀ। ਵੱਡੇ ਵੱਡੇ ਜਾਫੀਆਂ ਤੋਂ ਲੋਟ ਨਹੀਂ ਆਉਂਦਾ ਸੀ, ਕੋਈ ਥੱਲੋਂ ਖੋਚਾ ਪੁੱਟ ਕੇ ਵੀ ਜੇ ਸੁੱਟ ਲੈਂਦਾ ਤਾਂ ਵੀ ਉੱਪਰ ਬੈਠੇ ਜਾਫੀ ਨੂੰ ਪਰੇ ਕਰਕੇ ਲੰਘ ਜਾਂਦਾ ਸੀਗਾ। ਤੁਸੀਂ ਵੇਖੇ ਸਾਰਿਆਂ ਨੇ ਜਿਹਨਾਂ ਨੇ 97 ਦਾ ਉਹ ਮੈਚ ਵੇਖਿਆ ਹੈਗਾ ਘਰਾਚੋਂ ਤੇ ਹੋਟਲੇ ਦਾ, ਵੀ ਕਿਵੇਂ ਦੁਨੀਆਂ ਦੇ 73 ਜਾਫੀਆਂ ਨੂੰ ਪਲਾਹ ਲੱਗ ਸੁੱਟਿਆ ਗੀਤੀ ਹੋਟਲ। ਇੱਕ ਵਾਰੀ ਗੀਤੀ ਦੇ ਨਾਂ ਤੇ ਤਾੜੀ ਮਾਰ ਦਿਓ ਦਰਸ਼ਕ ਵੀਰੋ। ਮੈਚ ਇਸ ਵੇਲੇ ਪਹਿਲਾਂ 90 ਕਿਲੋ